हाँ जी वीर जी, की ना थोड़ा? हाँ जी, मेरा ना हरबंस है भाई। हरबंस सिंह जी, की लगते सी तुहाडे? हाँ जी, मेरे जीजा जी लगते। की नाम सी? हाँ जी, सुखचैन सिंह उन्हां दा नाम सी। गुरद्वारे इत्थों रह रास करके आउण डए बाणीओ, ते को अणपछाते व्यक्ति जिन्हां ने उन्हां ते हमला कीता ते लत्त वढ के लै गए आ। ते की लगदा, मतलब कुछ पता तुहानू? नहीं, सानूं कुछ नहीं पता। पता नहीं कौन आ, अणपछाते व्यक्ति, कोई पता नहीं है। ਅਤੇ ਲਾਤੀ ਨਾਲੋਂ ਲਾ ਕੇ ਲੈ ਗਏ ਆ ਜੀ। ਅੱਛਾ ਜੀ, ਅਤੇ ਹੁਣ ਕਿੱਥੇ ਹੈਗੇ ਬਾਬਾ ਜੀ? ਬਾਬਾ ਜੀ ਹੋਸਪਿਟਲ 'ਚ ਦਾਖਲ ਆ, ਉਹਨਾਂ ਦਾ ਯਾਨੀ ਕਿ ਇਲਾਜ ਚੱਲ ਰਿਹਾ ਵਾ। ਕੀ ਮੰਗ ਕਰਦੇ ਹੋ? ਮੰਗ ਇਹੋ ਹੀ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਵਾ, ਨਾ ਉਹਨਾਂ ਦਾ ਕਿਸੇ ਨਾਲ ਵੈਰ ਵਿਰੋਧ ਸੀ। ਆਪਣੇ ਵਧੀਆ ਮਿਹਨਤ ਕਰਦੇ ਸੀ, ਗੁਰਦੁਆਰੇ ਸਾਹਿਬ ਜਾਂਦੇ ਸੀ। ਗੁਰਦੁਆਰਾ ਸਾਹਿਬ ਗ੍ਰੰਥੀ ਡਿਊਟੀ ਕਰਦੇ? ਹਾਂਜੀ ਹਾਂਜੀ, ਗ੍ਰੰਥੀ ਦੀ ਡਿਊਟੀ ਕਰਦੇ। ਪੁਲਿਸ ਆਈ ਸੀ ਮੌਕੇ 'ਤੇ? ਹਾਂਜੀ, ਪੁਲਿਸ ਆਈ। ਹਾਂਜੀ ਭੈਣ ਜੀ, ਕੀ ਨਾਂ ਤੁਹਾਡਾ ਜੀ? ਬਲਵਿੰਦਰ ਕੌਰ। ਬਲਵਿੰਦਰ ਕੌਰ ਜੀ, ਜਿਹੜੀ ਰਾਤੀ ਘਟਨਾ ਘਟੀ ਹੈ, ਕੀ ਲੱਗਦੇ ਸੀ ਤੁਹਾਡੇ ਅਤੇ ਕੀ ਨਾਮ ਸੀ ਉਹਨਾਂ ਦਾ? ਇਹ ਮੇਰੇ ਜੇਠ ਸਾਹਿਬ ਸੀਗੇ, ਮੇਰੇ ਪਿਓਾਂ ਬਰਾਬਰ ਹੀ ਸੀਗੇ। ਕੀ ਨਾਮ ਸੀ? ਇਹਨਾਂ ਦਾ ਸੁਖਚੈਨ ਸਿੰਘ। ਕੀ ਕੋਈ ਘਟਨਾ, ਕਿੱਥੇ ਡਿਊਟੀ ਕਰਦੇ ਸੀ? ਇਹ ਗੁਰਦੁਆਰਾ ਬਾਣੀਆਂ ਉੱਧਰੋਂ ਡਿਊਟੀ ਤੋਂ ਆਉਣ ਡਏ ਸੀਗੇ, ਕੋਈ ਅਣਪਛਾਤੇ ਵਿਅਕਤੀਆਂ ਨੇ ਉਹਨਾਂ 'ਤੇ ਹਮਲਾ ਕੀਤਾ, ਸਾਨੂੰ ਨਹੀਂ ਪਤਾ ਕੌਣ ਸੀ। ਕਿੰਨਾ ਕੁ ਨੁਕਸਾਨ ਹੋਇਆ ਉਹਨਾਂ ਦੇ ਸਰੀਰ ਦਾ? ਨੁਕਸਾਨ, ਉਹਨਾਂ ਦੀ ਲੱਤ ਵੱਢ ਦਿੱਤੀ ਆ, ਉਹ ਲੈ ਗਏ ਨਾਲ ਹੀ, ਸਾਨੂੰ ਲੱਭੀ ਨਹੀਂ। ਅਤੇ ਪੁਲਿਸ ਆਈ ਸੀ ਮੌਕੇ 'ਤੇ? ਹਾਂਜੀ, ਪੁਲਿਸ ਆਈ ਸੀ। ਕੀ ਮੰਗ ਕਰਦੇ ਹੋ? ਅਸੀਂ ਇਹੋ ਮੰਗ ਕਰਦੇ, ਸਾਨੂੰ ਇਨਸਾਫ ਚਾਹੀਦਾ ਵਾ, ਸਾਨੂੰ ਕੁਛ ਨਹੀਂ ਚਾਹੀਦਾ ਹੋਰ। ਹਾਂਜੀ ਭੈਣ, ਕੀ ਨਾਂ ਤੁਹਾਡਾ ਜੀ? ਮਨਪ੍ਰੀਤ ਕੌਰ। ਮਨਪ੍ਰੀਤ ਜੀ, ਤੁਹਾਡੇ ਪਿਤਾ ਨਾਲ ਜਿਹੜੀ ਘਟਨਾ ਘਟੀ ਹੈ, ਕੀ ਘਟਨਾ ਘਟੀ ਹੈ ਜੀ? ਕਿੱਥੇ ਕੰਮ ਕਰਦੇ ਸੀ? ਗੁਰਦੁਆਰਾ ਬਾਣੀ ਦਾ। ਅੱਛਾ ਜੀ, ਅਤੇ ਕਿੰਨੇ ਕੁ ਵਜੇ ਦੀ ਘਟਨਾ ਹੈ? 7:45 ਵਜੇ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ? ਸਾਨੂੰ ਇੱਦਾਂ ਹੀ ਮੁੰਡਾ ਉੱਧਰ ਆਉਂਦਾ, ਉਹਨੇ ਦੇਖਿਆ, ਉਹਨੂੰ ਪਤਾ ਲੱਗਾ, ਸਾਨੂੰ ਫੋਨ ਹੀ ਆਇਆ ਘਰ। ਅਤੇ ਲੱਤ ਕੀ ਹੈ? ਨਹੀਂ, ਨਾਲ ਹੀ ਲੈ ਕੇ? ਲੱਤ ਨਹੀਂ ਹੈਗੀ ਨਾਲ। ਕੀ ਮੰਗ ਕਰਦੇ ਹੋ? ਇਹ ਮੰਗ ਕਰਦੇ, ਸਾਨੂੰ ਇਨਸਾਫ ਚਾਹੀਦਾ ਵਾ। ਹਾਂਜੀ ਸਰ, ਜਿਹੜੀ ਬਿਜਲੀ ਦੇ ਨਾਲ ਘਟਨਾ ਘਟੀ ਹੈ, ਕੀ ਸਰ ਹੁਣ ਤੱਕ ਕਾਰਵਾਈ ਕੀਤੀ ਜਾ ਰਹੀ ਹੈ? ਅਜੇ ਤੱਕ ਜਿਹੜਾ ਮਤਲਬ ਜ਼ਖਮੀ ਬੰਦਾ ਵਾ, ਉਹ ਹੋਸਪਿਟਲ ਐਡਮਿਟ ਆ। ਅਜੇ ਤੱਕ ਕੋਈ ਵੀ ਉਹਨਾਂ ਨੇ ਵੱਲੋਂ ਸਟੇਟਮੈਂਟ ਨਹੀਂ ਲਿਖਾਈ ਗਈ ਅਤੇ ਹੋਸਪਿਟਲ ਅੰਮ੍ਰਿਤਸਰ ਸ਼ਾਇਦ ਕਿਸੇ ਪ੍ਰਾਈਵੇਟ ਹੋਸਪਿਟਲ ਦਾਖਲ ਨੇ, ਅਤੇ ਉੱਥੇ ਜਾ ਕੇ ਫਿਰ ਉਹਦੀ ਸਟੇਟਮੈਂਟ ਲੈਣ ਤੋਂ ਬਾਅਦ ਹੀ ਕੋਈ ਕਾਰਵਾਈ ਅਮਲੀ ਚਲਾਉਂਦੀ। ਪਰਿਵਾਰਕ ਮੈਂਬਰਾਂ ਨੇ ਦਸਤਖਤ ਦਿੱਤੀ ਕੋਈ? ਨਹੀਂ, ਦਰਖਾਸਤ ਕੋਈ ਨਹੀਂ ਦਿੱਤੀ। ਸਾਨੂੰ ਇੰਸੀਡੈਂਟ ਬਾਰੇ ਪਤਾ ਲੱਗਿਆ ਸੀ, ਅਸੀਂ ਹੁਣ ਮੌਕੇ 'ਤੇ ਪਹੁੰਚੇ ਹਾਂ ਅਤੇ ਰਾਤ ਵੀ ਆਏ ਸੀ ਅਤੇ ਹੁਣ ਸਰਚ ਕਰ ਰਹੇ ਹਾਂ, ਸ਼ਾਇਦ ਕੋਈ ਕਲਿਊ ਮਿਲ ਜੇ, ਪਰ ਹੁਣ ਉਹਦੀ ਸਟੇਟਮੈਂਟ ਤੋਂ ਬਾਅਦ ਹੀ ਕੋਈ ਗੱਲ ਸਾਹਮਣੇ ਆ ਸਕਦੀ ਹੈ। ਕੀ ਨਾਮ ਸੀ ਹੈਗਾ ਵਿਅਕਤੀ? ਉਹਦਾ ਨਾਂ ਸੁਖਚੈਨ ਸਿੰਘ ਸੀ, ਉਰਫ ਚੰਨਾ, ਸਾਨੂੰ ਸ਼ੇਰ ਸਿੰਘ, ਖਡੂਰ ਸਾਹਿਬ ਦਾ ਰਹਿਣ ਵਾਲਾ ਸੀ। ਗੁਰਦੁਆਰਾ ਸਾਹਿਬ ਕਹਿੰਦੇ ਗ੍ਰੰਥੀ ਡਿਊਟੀ ਕਰਦਾ ਸੀ ਬਾਣੀਆਂ ਦੇ? ਸ਼ਾਇਦ ਗੁਰਦੁਆਰਾ ਸਾਹਿਬ ਬਾਣੀਆਂ ਕੋਈ ਡਿਊਟੀ ਕਰਦੇ ਅਤੇ ਡਿਊਟੀ ਤੋਂ ਘਰ ਆਪਣੇ ਆ ਰਿਹਾ ਸੀ, ਰਸਤੇ 'ਚ ਕੋਈ ਕਿਸੇ ਨੇ ਕਿਸੇ ਅਨਨੋਨ ਬੰਦਿਆਂ ਨੇ ਸ਼ਾਇਦ ਉਹਨੂੰ ਮਾਰਿਆ। ਅਜੇ ਤੱਕ ਇਹ ਗੱਲ ਕਲੀਅਰ ਨਹੀਂ ਹੋ ਸਕੀ ਵੀ ਕਿਹੜੇ ਬੰਦੇ ਨੇ। ਕੋਈ ਸੀਸੀਟੀਵੀ ਫੁਟੇਜ ਖੰਗਾਲੀ ਆ ਰਹੀ ਤੁਹਾਡੇ ਵੱਲੋਂ? ਹਾਂਜੀ, ਲੱਗ ਜਾ ਕੇ ਜਿੰਨੇ ਵੀ ਕੈਮਰੇ ਉਹਨਾਂ ਨੂੰ ਦੇਖ ਰਹੇ ਹਾਂ ਅਤੇ ਜਿੱਥੇ ਕਿਤੇ ਜਿੱਥੇ ਇੰਸੀਡੈਂਟ ਹੋਇਆ ਵਾ ਉੱਥੇ ਵੀ ਅਸੀਂ ਸਰਚ ਕਰ ਰਹੇ ਹਾਂ।